ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਜੀ, ਕੀ ਹਾਲ ਚਾਲ ਹੈ ਬਾਈ? ਸਾਰੇ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ। ਭਰਾ ਮੇਰੇ, ਭਰਾ ਮੇਰੀ ਭੈਣਾਂ, ਜਿੰਨੇ ਵੀ ਮੈਨੂੰ ਲਾਈਵ 'ਚ ਦੇਖ ਰਹੇ ਨੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੀ। ਅਤੇ ਵੀਰੇ, ਅਰਜੈਂਸੀ ਵਾਸਤੇ ਇੱਕ ਮਿੰਟ ਵਾਸਤੇ ਲਾਈਵ ਹੋਇਆ ਸੀਗਾ ਡਾਰਲਿੰਗ, ਕੋਈ ਬਸ ਮੈਂ ਸਿਰਫ ਦੋ ਆਪਣਾ ਕੰਮ ਧੰਦਾ ਚੱਲੀ ਜਾਂਦਾ ਸੀਗਾ, ਸ਼ੂਟ ਸ਼ਾਟ ਦਾ ਮੂਵੀ ਦਾ ਚੱਲੀ ਜਾਂਦਾ ਸੀ ਹੈ ਨਾ। ਅਤੇ ਮੈਨੂੰ ਮੈਸੇਜ ਆ ਰਹੇ ਸੀਗੇ ਬਈ ਸਾਰਿਆਂ ਦੇ, ਬਈ ਵੀ ਬਾਈ ਮੀਡੀਆ 'ਤੇ ਨੈਗੇਟਿਵਿਟੀ ਕ੍ਰੀਏਟ ਕਰੀ ਜਾਂਦੇ, ਕੁਛ ਇੱਦਾਂ ਕਰੀ ਜਾਂਦੇ ਹੈ ਨਾ। ਦੇਖੋ ਮੇਰੀ ਗੱਲ ਸੁਣੋ ਡਾਰਲਿੰਗ, ਲੋਕਾਂ ਦਾ ਕੰਮ ਹੈ ਜਾਣ ਬੋਲਣਾ ਹੈ ਨਾ। ਨਾਟ ਵਗੈਰਾ ਸਟਾਰਟ ਨਹੀਂ ਹੋਇਆ, ਨਾਟ ਵਗੈਰਾ ਤਾਂ ਵੀ ਚੜ ਜਾਂਦਾ ਹੁੰਦਾ ਪੁੱਤ, ਕੋਈ ਨਹੀਂ। ਹਾਂ ਠੀਕ ਠਾਕ ਡਾਰਲਿੰਗ, ਹੈ ਨਾ। ਤੁਸੀਂ ਸਾਰੇ ਆਪਣੇ ਭਰਾ ਹੋ, ਠੀਕ ਹੈ, ਸਾਰੇ ਸਿਆਣੇ ਹੋ ਡਾਰਲਿੰਗ। ਹਰੇਕ ਦੀ ਆਪਣੀਆਂ ਜ਼ਿੰਮੇਵਾਰੀ ਹੁੰਦੀਆਂ, ਕਈ ਚੀਜ਼ਾਂ ਇਹੋ ਜਿਹੀ ਹੁੰਦੀਆਂ, ਕਈ ਵਾਰੀ ਕੋਈ ਬੰਦਾ ਕਿਤੇ ਸਟੱਕ ਹੋਇਆ ਹੁੰਦਾ, ਕਿਤੇ ਉਲਝਿਆ ਹੋਇਆ ਹੁੰਦਾ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਨਾਟਕ ਕਰਾਂ ਸਟਾਰਟ ਨਹੀਂ ਹੋਇਆ, ਜਦੋਂ ਨਾਟਕ ਕਰਾਂ ਸਟਾਰਟ ਹੋਇਆ ਹੁੰਦਾ ਉਦੋਂ ਤੇਰੇ ਵਰਗੇ ਪੁੱਛਾਂ ਜਗ ਜਗ ਭੱਜਦੇ ਹੁੰਦੇ ਉਸਤਾਦ, ਠੀਕ ਹੈ ਨਾ। ਉਹੀ ਕਿਸੇ ਦਾ ਬੇਫਾਲਤੂ ਦੀ ਨੈਗੇਟਿਵਿਟੀ ਨਹੀਂ ਕਰੀ ਜਾਂਦੀ ਕਦੇ ਕਿਸੇ ਖਿਲਾਫ, ਕਿਸੇ ਦੀਆਂ ਕੰਡੀਸ਼ਨਸ ਕਦੇ ਕਿਸੇ ਟਾਈਮ ਸਹੀ ਵੀ ਹੁੰਦੀਆਂ, ਕਈ ਵਾਰ ਨਹੀਂ ਵੀ ਹੁੰਦੀਆਂ, ਹੈ ਨਾ। ਠੀਕ ਹੈ, ਇੱਕ ਮਿੰਟ ਦੇ ਵਿੱਚ ਜਿਹੜੇ ਆ ਸੋਸ਼ਲ ਮੀਡੀਆ 'ਤੇ ਪੱਤਰਕਾਰ, ਸੋਸ਼ਲ ਮੀਡੀਆ 'ਤੇ ਆ ਜਿਹੜੇ ਬੈਠੇ ਨੇ ਬੁੱਧੀਜੀਵੀ ਬੈਠੇ ਨੇ, ਜਿਹੜੇ ਆਹ ਕੀ ਕਹਿੰਦੇ ਹੁੰਦੇ ਆਪਾਂ ਪੇਜ ਐਡਮਿਨਸ ਹੋ ਗਏ ਜਾਂ ਕੁਛ ਹੋਰ ਹੋ ਗਏ, ਯਾਰ ਨੈਗੇਟਿਵਿਟੀ ਸਾਰਾ ਕੁਛ ਨਹੀਂ ਹੁੰਦੀ ਡਾਰਲਿੰਗ, ਹੈ ਨਾ। ਤੁਹਾਨੂੰ ਕੀ ਪਤਾ ਅਸੀਂ ਕਿੰਨੇ ਖੜੇ ਹਾਂ, ਕਿੰਨੇ ਨਹੀਂ ਖੜੇ, ਹੈ ਨਾ। ਬਾਕੀ ਮੈਨੂੰ ਜਿੰਨੇ ਮੇਰੇ ਭੈਣ ਭਰਾ ਜਿਹੜੇ ਕਹਿ ਰਹੇ ਆ, ਵੀਰੇ ਆਵਾਂਗੇ, ਡੇਟ ਵੀ ਅਨਾਊਂਸ ਕਰ ਰਿਹਾ ਮੈਂ, ਠੀਕ ਹੈ। ਅਤੇ ਮੈਂ ਦਿੱਲੀ ਆ ਰਿਹਾ, ਪਰਸੋਂ ਆਊਂਗਾ ਵੀਰੇ, ਠੀਕ ਹੈ ਨਾ। ਵੀ ਮੈਂ ਸਿਰਫ ਇੱਕ ਤਰ੍ਹਾਂ ਦਾ ਤੁਹਾਨੂੰ ਜਵਾਬ ਹੀ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਡਾਰਲਿੰਗ, ਹੈ ਨਾ। ਹੁਣ ਮੈਂ ਆਪਣੇ ਮਨ ਦੇ ਵਿੱਚ ਸਾਰਾ ਸਿਸਟਮ ਰਜੇ ਮੈਂ ਇੱਕ ਸਾਈਡ ਰੱਖ ਕੇ ਸਿਸਟਮ ਥੋੜ੍ਹਾ ਜਿਹਾ ਕਲੀਅਰ ਕਰਨਾ ਹੁੰਦਾ, ਜਦੋਂ ਸਾਡੀਆਂ ਵੀ ਜ਼ਿੰਮੇਵਾਰੀਆਂ ਨੇ, ਹੈ ਨਾ। ਇੱਕ ਦੋ ਪਰ ਇਸੇ ਖਿਲਾਫ ਉਈ ਤੁਸੀਂ, ਹੈ ਨਾ, ਯਾਨੀ ਕਿ ਤਿੰਨ ਚਾਰ ਯਾਨੀ ਕਿ ਇਹੋ ਜਿਹੇ ਜਿਹੜੇ ਹੁੰਦੇ ਨੇ ਬੈਠੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ, ਚਲੋ ਨੈਗੇਟਿਵਿਟੀ ਤਾਂ ਆਪਾਂ ਮੀਡੀਆ ਮੂਡੀ ਨੂੰ ਤਾਂ ਗੋਲਦੇ ਨਹੀਂ ਹੈਗੇ, ਆਪਣੇ ਠੋਲੇ 'ਤੇ ਆ ਸਾਰਾ ਕੁਛ, ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗਾ ਵੀ ਜਾਂ ਕੋਈ ਕੀ ਬੋਲਦਾ, ਨਾ ਆਪਾਂ ਕਿਸੇ ਤੋਂ ਸਰਟੀਫਿਕੇਟ ਲੈਣਾ, ਨਾ ਇਹੋ ਜਿਹੇ ਤਿੰਨ ਚਾਰ ਲੰਡੂ ਆਪਾਂ ਨੂੰ ਕੁਛ ਇਹ ਸਾਨੂੰ ਸਰਟੀਫਿਕੇਟ ਚਾਹੀਦਾ, ਤੁਹਾਡਾ ਵੀ ਅਸੀਂ ਚੰਗੇ ਜਾਂ ਮਾੜੇ ਹਾਂ ਵੀਰੇ, ਠੀਕ ਹੈ। ਪਰ ਮੈਂ ਇੰਨੀ ਗੱਲ ਕਹਿਣਾ ਵੀ ਯਾਰ ਹਰੇਕ ਦੀਆਂ ਆਪਾਂ ਆਪਣੀਆਂ ਥੋੜ੍ਹੀਆਂ ਬਹੁਤ ਮਜ਼ਬੂਰੀਆਂ ਹੁੰਦੀਆਂ ਨੇ, ਕੋਈ ਵੀ ਐਡਾ ਉਹ ਨਹੀਂ ਹੁੰਦਾ ਹੈਗਾ ਵੀ ਜਾਂ ਕੋਈ ਕੁਛ, ਹੈ ਨਾ। ਆਪਾਂ ਸਾਰੇ ਸਿਸਟਮ ਸੈੱਟ ਕਰਕੇ ਹਰੇਕ ਦੇ ਆਪਾਂ ਆਪਣੇ ਜਿਵੇਂ ਹੁੰਦੇ, ਜਿਵੇਂ ਕਈ ਵਾਰੀ ਆਪਾਂ ਨੂੰ ਥੋੜ੍ਹਾ ਬਹੁਤ ਸਿਸਟਮ ਐਡਜਸਟਮੈਂਟ ਕਰਨਾ ਹੁੰਦਾ, ਸਾਡੇ ਕਿਸੇ ਕੰਮ ਕਰਕੇ ਕਿਸੇ ਦਾ ਨੁਕਸਾਨ ਹੁੰਦਾ ਹੁੰਦਾ, ਹੈ ਨਾ। ਉਹਦੇ ਕਰਕੇ ਥੋੜ੍ਹੀ ਬਹੁਤ ਐਡਜਸਟਮੈਂਟ ਕਰਨੀ ਪੈ ਜਾਂਦੀ ਹੁੰਦੀ ਹੈ। ਅਸੀਂ ਸਾਰੇ ਜਾ ਰਹੇ ਨੇ, ਸਾਡੇ ਹੋਰ ਭਰਾ ਜਾ ਰਹੇ ਨੇ, ਠੀਕ ਹੈ ਨਾ। ਅਤੇ ਅਸੀਂ ਵੀ ਆਵਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਪਰਸੋਂ ਆਪਾਂ ਮਿਲਦੇ ਹਾਂ ਦਿੱਲੀ, ਕੋਈ ਦਿੱਕਤ ਵਾਲੀ ਗੱਲ, ਠੀਕ ਹੈ ਮੇਰਾ ਵੀਰ। ਬਾਕੀ ਆਪਣਾ ਖਿਆਲ ਰੱਖਿਆ ਕਰੋ, ਇਹ ਟਾਈਮ ਥੋੜ੍ਹਾ ਜਿਹਾ ਔਖਾ ਟਾਈਮ ਆ ਡਾਰਲਿੰਗ, ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ, ਯਾਨੀ ਕਿ ਦੁੱਖੀ ਗੱਲਾਂ ਕਰਕੇ ਇੱਕ ਦੂਜੇ ਨੈਗੇਟਿਵ ਬੋਲ ਕੇ ਇਹ ਚੀਜ਼ਾਂ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਮਾੜਾ ਟਾਈਮ ਆ, ਠੀਕ ਹੈ। ਸਾਰੇ ਕਿਸਾਨੀ ਅਸੀਂ ਸਾਰੇ ਖੇਤੀ ਕੁੱਟ ਬੰਨੇ, ਸਾਰੇ ਆਪ ਹੀ, ਠੀਕ ਹੈ ਨਾ। ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਊਂਗੇ, ਇੱਕ ਦੂਜੇ ਬਾਰੇ ਨੈਗੇਟਿਵ ਬੋਲੀ ਜਾਊਂਗੇ, ਠੀਕ ਹੈ। ਸਾਰਿਆਂ ਨੇ ਜਾਣਾ, ਸਾਰੇ ਹੀ ਗਏ ਨੇ, ਪਹਿਲਾਂ ਵੀ ਅਸੀਂ ਗਏ ਹਾਂ, ਅਸੀਂ ਹੁਣ ਵੀ ਜਾਵਾਂਗੇ, ਅੱਗੇ ਵੀ ਜਾਂਦੇ ਰਹਾਂਗੇ, ਠੀਕ ਹੈ ਨਾ। ਅਤੇ ਉਹੀ ਕਿਸੇ ਨੂੰ ਉਹੀ ਬੁੱਧੂ ਬਣਾਉਣ ਲੱਗ ਜਾਣਾ ਜਾਂ ਨੈਗੇਟਿਵਿਟੀ ਕ੍ਰੀਏਟ ਕਰ ਜਾਣਾ, ਉੱਥੋਂ ਨਾਟਕ ਕਰਨਾ ਸਟਾਰਟ ਨਹੀਂ ਹੋਇਆ, ਫਲਾਨਾ ਨਹੀਂ ਹੋਇਆ, ਧਮਕਾ ਨਹੀਂ ਹੋਇਆ, ਠੀਕ ਹੈ। ਇੱਥੇ ਐਡਮ ਭਕਾਈ ਮਰ ਜਾਣਾ ਵੀ, ਚਲੋ ਬੁੱਕੀ ਬੰਦਿਆਂ ਨਾਲ ਤਾਂ ਕੀ, ਉਹਨਾਂ ਦੀ ਕੀ ਗੱਲ ਕਰਾਂ, ਉਹਨਾਂ ਨੂੰ ਆਪਾਂ ਟਾਈਮ ਵੇਸਟ ਕਰੀਏ। ਪਰ ਇਹ ਗੱਲ ਹੈ ਵੀਰੇ, ਵੀ ਕਿਸੇ ਬਾਰੇ ਕੁਛ ਬੋਲਣਾ ਹੁੰਦਾ ਤਾਂ ਮਾੜਾ ਸੋਚ ਸਮਝ ਕੇ ਬੋਲਿਆ ਕਰੋ ਡਾਰਲਿੰਗ, ਠੀਕ ਹੈ। ਬਾਕੀ ਕੋਈ ਦਿੱਕਤ ਨਹੀਂ, ਮੈਨੂੰ ਇਹ ਨਹੀਂ ਉਹਨਾਂ ਪੋਸਟ ਪਾਸਟ ਪਾ ਕੇ ਮੈਂ ਜਾ ਰਿਹਾ ਜੀ, ਮੈਂ ਫਲਾਨਾ, ਮੈਨੂੰ ਉਹ ਚੰਗਾ ਨਹੀਂ ਲੱਗਦਾ, ਬਸ ਠੀਕ ਹੈ। ਮੈਂ ਜਿੱਦਣ ਜਾਣਾ ਉਹਦਾ ਮੂੰਹ ਮੈਂ ਚਲੀ ਤੁਰੇ ਹੀ ਜਾਣਾ, ਠੀਕ ਹੈ ਨਾ, ਜਾ ਹੀ ਵੜਨਾ ਜਿੱਦਣ ਜਾਣਾ, ਠੀਕ ਹੈ ਨਾ। ਵੀ ਇਸ ਚੀਜ਼ ਦੇ ਵਿੱਚ ਪਬਲਿਸਿਟੀ ਜਾਂ ਕੋਈ ਹੋਰ ਸਟੰਟ ਨਾ ਖੇਡਿਆ ਕਰੋ, ਠੀਕ ਹੈ। ਕੋਈ ਇੱਕ ਸੀਰੀਅਸ ਮੁੱਦਾ ਚੱਲੀ ਆਉਂਦਾ, ਫਲਾਨਾ ਨਹੀਂ ਹੋਇਆ ਜਾਂ ਧਮਕਾ ਨਹੀਂ ਹੋਇਆ, ਠੀਕ ਹੈ ਨਾ। ਮਿੰਟ ਦੇ ਵਿੱਚ ਸਰਟੀਫਿਕੇਟ ਦੇ ਦਿੰਦੇ ਹੋ ਵੀ ਉਹ ਘੈਂਟ ਆ, ਉਹ ਮਾੜਾ, ਠੀਕ ਹੈ ਨਾ। ਤੁਹਾਨੂੰ ਕਿਸੇ ਦੇ ਹਾਲਾਤ ਨਹੀਂ ਪਤਾ, ਕਿਸੇ ਦਾ ਕੋਈ ਕੰਮ ਨਹੀਂ ਪਤਾ ਵੀ ਕੌਣ ਕਈ ਵਾਰੀ ਕਿਤੇ ਫਸਿਆ ਹੁੰਦਾ, ਕੋਈ ਕਿਵੇਂ ਹੁੰਦਾ, ਕੀ ਹਾਲਾਤ ਹੁੰਦੇ ਨੇ, ਠੀਕ ਹੈ ਨਾ। ਐਵੇਂ ਭਕਾਈ ਨਾ ਮਾਰਿਆ ਕਰੋ ਮੇਰਾ ਵੀ। ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੇ।